Please clap your hands and give all you got for Mr. Manpreet Singh. Nazreen, the fluctuation of the enthusiastic hand, target and surf action on the top ups of the energetic drink. Aap kithe vi jaiye na, sab to pehle ikko gal kende hai. Punjabi in the house, give me yes. Sare kehne lappe, main thoda change karta. ਮੈਂ ਬੈਂਗਲੋਰ ਸ਼ੋਅ ਕਰਨ ਗਿਆ, ਮੈਂ ਕਿਹਾ ਪੰਜਾਬੀ ਇੱਥੇ ਅਵੇਲੇਬਲ ਹੋਣ ਦਾ ਪਰੂਫ ਦੇਣ। ਦੋ ਬੰਦੇ ਆਧਾਰ ਕਾਰਡ ਦੀ ਕਾਪੀ ਕਰਾ ਕੇ ਲਿਆਏ। ਮੈਂ ਕਿਹਾ ਯਾਰ ਪੰਜਾਬੀ ਨਾ ਆਪਣੇ ਮਤਲਬ ਸਵੈਗ ਤੋਂ ਪਛਾਣੇ ਜਾਂਦੇ ਆ, ਆਦਤਾਂ ਤੋਂ ਪਛਾਣੇ ਜਾਂਦੇ ਆ। ਮੈਂ ਦੁਬਾਰਾ ਬੋਲਾਂਗਾ, ਇਹੋ ਜਿਹੀ ਹਰਕਤ ਨਹੀਂ ਕਰਨੀ। ਮੈਂ ਕਿਹਾ ਪੰਜਾਬੀ ਅਵੇਲੇਬਲ ਹੋਣ ਦਾ ਪਰੂਫ ਦੇਣ। ਉਹਨੇ ਬੋਤਲ ਕੱਢ ਕੇ ਰੱਖ ਦਿੱਤੀ। ਮੈਂ ਕਿਹਾ ਸਾਰੇ ਪੀਣ ਡੇ ਆ, ਤੂੰ ਇਕੱਲਾ ਨਹੀਂ ਆ, ਕੋਈ ਹੋਰ ਪਰੂਫ? ਉਹਨੇ ਪਿਸਤੌਲ ਕੱਢ ਕੇ ਰੱਖ ਦਿੱਤੀ। ਮੈਂ 15,000 'ਚ ਮਿਲਦੀ ਕਾਨਪੁਰ ਤੋਂ, ਕੋਈ ਹੋਰ ਪਰੂਫ ਹੈ? ਬੰਦਾ ਉੱਠ ਕੇ ਬਾਹਰ ਚਲਾ ਗਿਆ। 10 ਮਿੰਟ ਬਾਅਦ ਬੁਲਟ 'ਤੇ ਬਹਿ ਕੇ ਟੁੱਕ 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 ਕਰ। ਮੈਂ ਕਿਹਾ ਇੱਧਰ ਆ, ਤੂੰ ਖਾਲੀ ਬੁਰਾ ਕਰ ਦਿੰਦਾ ਨਾ ਮੈਂ ਸਮਝ ਜਾਂਦਾ। ਕਹਿੰਦਾ ਬੁਲਟ 'ਤੇ ਬੰਦ ਸੀ ਰਾਜਾ ਬੇਟਾ, ਮੂੰਹ ਨਾਲ ਡੁੱਕ 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 ਕਰ ਰਹੇ ਸੀ। ਰਾਜਾ ਬੇਟਾ, ਨਕਲੀ ਪੰਜਾਬੀ। ਮੈਂ ਜੋਬ ਜਿਹੜੀ ਹੈ ਮਿਡਲ ਕਲਾਸ ਵਾਸਤੇ ਸਭ ਤੋਂ ਜ਼ਰੂਰੀ ਚੀਜ਼ ਜੋਬ ਆ, ਹੈ ਨਾ? ਕੋਈ ਹੈ ਇੰਪਲੋਏ? ਗਿਵ ਮੀ ਯੈਸ। ਕੋਈ ਇੰਪਲੋਏ ਇੱਥੇ? ਇੰਨੀਆਂ ਕਿ ਨਿਕਲਦੀਆਂ ਨੇ ਆਵਾਜ਼ਾਂ ਨੇ, ਸਮਝ ਸਕਦਾ ਮੈਂ ਦਰਦ ਤੁਹਾਡਾ। ਅਤੇ ਨਾ ਜੋਬ ਸਭ ਤੋਂ ਇੰਪੋਰਟੈਂਟ ਚੀਜ਼ ਆ, ਉਹਦੇ ਲਈ ਸਭ ਤੋਂ ਜ਼ਰੂਰੀ ਚੀਜ਼ ਹੈ ਇੰਟਰਵਿਊ, ਜਿਹੜੀ ਅੱਜ ਤੋਂ ਕੁਝ ਸਾਲ ਪਹਿਲੇ ਬੜੇ ਆਰਾਮ ਨਾਲ ਹੋ ਜਾਂਦੀ ਸੀ। ਪਾਪਾ ਘਰ ਆ ਕਹਿੰਦੇ ਹੈਲੋ ਵਿਹਲਾ ਹੀ ਆ ਨਾ, ਕੱਲ੍ਹ ਤੋਂ ਗੁਰਦਿਆਲ ਅੰਕਲ ਦੀ ਦੁਕਾਨ 'ਤੇ ਚਲ ਜਾ ਕਰੀ, ਇੰਟਰਵਿਊ ਖਤਮ। ਉਹ ਭਾਵੇਂ ਅੱਜ ਦੀ ਇੰਟਰਵਿਊ ਦੇਖੋ, ਜਾ ਕੇ 4 ਬੰਦੇ ਰੋੜੀ 'ਤੇ ਟਾਸਕ ਲੈ ਕੇ ਬੈਠੇ ਆ। ਮੈਂ ਇੰਟਰਵਿਊ ਦੇਣ ਗਿਆ, ਸਾਰੇ ਓਵਰ ਸਮਾਰਟ। ਕਹਿੰਦਾ ਇਹ ਲੈਪਟੋਪ ਵੇਚ ਕੇ ਦਿਖਾਓ। ਮੈਂ ਕਿਹਾ ਜੀ ਇਹ ਲੈਪਟੋਪ ਬਾਰੇ ਮੈਨੂੰ ਦੱਸ ਦਿਓ ਅਤੇ ਆਪਣਾ ਕੰਟੈਕਟ ਨੰਬਰ ਦੇ ਦਿਓ। ਕਹਿੰਦਾ ਠੀਕ ਹੈ, ਮੈਂ ਨੋਟ ਕੀਤਾ। ਮੈਂ ਕਿਹਾ ਠੀਕ ਹੈ ਸਰ, ਇੰਟਰਵਿਊ ਕੰਟੀਨਿਊ ਕਰੋ। ਕਹਿੰਦਾ ਲੈਪਟੋਪ ਵੇਚ ਕੇ ਖਾਓ। ਮੈਂ ਕਿਹਾ ਓਲੈਕਸ 'ਤੇ ਪਾ ਦਿੱਤਾ, ਵੇਖੀ ਨਾ ਸ਼ਾਮ ਤੱਕ। ਅਤੇ ਨਾ ਜਦੋਂ ਤੁਸੀਂ ਜੋਬ 'ਚ ਜਾਂਦੇ ਹੋ, ਤੁਹਾਡੇ ਲਾਈਫ 'ਚ ਦਿਨ ਆਉਂਦਾ ਜਿੱਦਣ ਤੁਹਾਨੂੰ ਪਹਿਲੀ ਸੈਲਰੀ ਮਿਲਦੀ ਹੈ, ਹੈ ਨਾ? ਸਭ ਤੋਂ ਇੰਪੋਰਟੈਂਟ ਦਿਨ। ਮੈਨੂੰ ਪਹਿਲੀ ਸੈਲਰੀ ਮਿਲੀ, ਮੇਰੇ ਘਰ ਦੇ ਖੁਸ਼। ਸਿਸਟਰ ਕਹਿੰਦੀ ਕਿ ਮੈਂ ਸ਼ੋਪਿੰਗ ਕਰਨੀ, ਮੈਂ ਕਿਹਾ ਠੀਕ ਹੈ। ਭਰਾ ਕਹਿੰਦਾ ਮੈਨੂੰ ਬੁਲਟ ਲੈ ਦੇ। ਮੰਮੀ ਕਹਿੰਦੀ ਮੇਰੇ ਵਾਸਤੇ ਨੂੰ ਲੈ ਆਈ। ਮੈਂ ਕਿਹਾ ਯਾਰ ਤਨਖਾਹ ਮਿਲਣ ਲੱਗੀ, ਬੈਂਕ ਨਹੀਂ ਲੁੱਟਣ ਲੱਗਾ ਮੈਂ। ਫਾਈਨਲੀ ਮੈਨੂੰ ਤਨਖਾਹ ਮਿਲੀ, ਪਹਿਲੀ ਸੈਲਰੀ। ਮੈਂ ਲੈ ਕੇ ਉਸ ਬੰਦੇ ਕੋਲ ਗਿਆ ਜਿਹਨੇ ਮੈਨੂੰ ਪਾਲਿਆ ਪੋਸਿਆ, ਇਸ ਕਾਬਲ ਕੀਤਾ, ਆਪਣੇ ਪਾਪਾ ਕੋਲ। ਮੈਂ ਕਿਹਾ ਪਾਪਾ ਤਨਖਾਹ ਮਿਲੀ ਹੈ, ਤੁਹਾਨੂੰ ਖੁਸ਼ ਕਰਨਾ ਹੈ, ਬੋਤਲ ਲੈ ਆ ਫਿਰ। ਮੈਂ ਕਿਹਾ ਪਾਪਾ ਜ਼ਿਆਦਾ ਪੈਸੇ, ਤਨਖਾਹ, ਇਨਸੈਂਟ, ਪੂਰੀ ਪੇਟੀ ਲਾਇਆ। ਫਾਈਨਲੀ ਆਪਾਂ 2 ਘੰਟੇ ਡਿਸਕਸ਼ਨ ਕਰਨ ਤੋਂ ਬਾਅਦ 'ਚ ਇਹ ਡਿਸਾਈਡ ਕੀਤਾ, ਮੈਂ ਅਤੇ ਪਾਪਾ ਜਾਵਾਂਗੇ ਵੈਸ਼ਨੋ ਦੇਵੀ। ਕਿੰਨੇ ਲੋਕ ਗਏ? ਗਿਵ ਮੀ ਯੈਸ। ਵੈਸ਼ਨੋ ਦੇਵੀ, ਤੁਸੀਂ ਵੈਸ਼ਨੋ ਦੇਵੀ ਜਾਂਦੇ ਹੋ ਨਾ, ਤੁਸੀਂ ਬੱਸ 'ਚ ਬਹਿੰਦੇ, ਤੁਹਾਨੂੰ ਨੀਂਦ ਆ ਜਾਂਦੀ ਹੈ, ਤੁਹਾਡੀ ਜਾਗ ਉਦੋਂ ਖੁੱਲਦੀ ਜਦੋਂ ਬੱਸ ਬੈਕ ਹੋ ਰਹੀ ਹੁੰਦੀ ਹੈ, ਹੈ ਨਾ? 4 ਬੰਦੇ ਉਹਨੂੰ ਬੈਕ ਕਰਾ ਰਹੇ ਹੁੰਦੇ ਆ, ਉਹੀ 4 ਬੰਦੇ ਘੁੰਮ ਕੇ ਤੁਹਾਨੂੰ ਰਿਸੀਵ ਕਰਨ ਆ ਜਾਂਦੇ, ਉਹ ਹੁੰਦੇ ਹੋਟਲ ਵਾਲੇ। ਭਾਈ ਹੋਟਲ ਚਾਹੀਦਾ, ਹੋਟਲ, ਹੋਟਲ, ਹੋਟਲ। ਉਹ ਇੰਨੇ ਕੁ ਜਜਮੈਂਟਲ, ਉਹਨਾਂ ਨੂੰ ਪਤਾ ਕਿਹਨੂੰ ਕੀ ਕਹਿਣਾ। ਕੋਈ ਨਿਊਲੀ ਮੈਰਿਡ ਕਪਲ ਉਤਰਿਆ, ਸਾਡਾ ਹੋਟਲ ਲਓ, ਸਾਡੇ ਹੋਟਲ ਤੋਂ ਨਾ ਤੁਹਾਨੂੰ ਸਨਸੈਟ ਵਿਊ ਨਜ਼ਰ ਆਏਗਾ। ਕੋਈ ਆਂਟੀ ਅੰਕਲ ਉਤਰੇ, ਸਾਡਾ ਹੋਟਲ ਲਓ, ਤੁਹਾਨੂੰ ਗਰਮ ਪਾਣੀ ਮਿਲੇਗਾ, ਸਾਡੀ ਗੱਡੀ ਤੁਹਾਨੂੰ ਪਹਿਲੇ ਦੁਆਰ ਤੱਕ ਛੱਡ ਕੇ ਆਏਗੀ। ਮੈਂ ਅਤੇ ਮੇਰੇ ਪਾਪਾ ਉਤਰੇ, ਬੰਦਾ ਆਇਆ ਕਹਿੰਦਾ ਭਾਈ ਸਾਡਾ ਹੋਟਲ ਲੈ ਲਓ, ਸਾਡੇ ਹੋਟਲ ਲਾ ਕੇ ਢਾਬੇ 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 ਢਾਬੇ। ਤੈਨੂੰ ਕੀ ਲੱਗਦਾ ਪੰਜਾਬੀ ਖਾਣ ਹੀ ਆਉਂਦੇ? ਨਹੀਂ ਭਾਅ ਜੀ, ਚਾਹ ਮਿਲੂ, ਜੂਸ ਮਿਲੂ, ਲੱਸੀ ਮਿਲੂ। ਇੱਕ ਬੰਦਾ ਆਇਆ ਕਹਿੰਦਾ ਭਾਈ ਸਾਡਾ ਹੋਟਲ ਲੈ ਲਓ, ਅੰਮ੍ਰਿਤਸਰ ਵਾਲਿਆਂ ਲਈ ਸਪੈਸ਼ਲ ਹੋਟਲ। ਡੈਡੀ ਕਹਿੰਦੇ ਇਹਦਾ ਹੋਟਲ ਲੈਣਾ ਹੈ। ਮੈਂ ਕਿਉਂ? ਕਹਿੰਦੇ ਕਿੰਨੀ ਕਿਰਪਾ ਨਾ ਅਰਤੇ ਮਾਤਾ ਰਾਣੀ ਦੀ, ਕਿੰਨਾ ਚਾਨਣ ਹੈ, ਇਹਨੂੰ ਪਤਾ ਲੱਗ ਗਿਆ ਆਪਾਂ ਅੰਮ੍ਰਿਤਸਰੋਂ ਆਏ ਹਾਂ। ਮੈਂ ਕਿਹਾ ਡੈਡੀ ਆ ਬੱਸ ਅੰਮ੍ਰਿਤਸਰ ਕਟਰਾ ਨੋਨ ਸਟੋਪ ਆ, ਅੰਡੇਮਾਨ ਨਿਕੋਬਾਰ 'ਤੇ ਹੋ ਗਏ ਨਹੀਂ ਆਏ ਆਪਾਂ। ਫਾਈਨਲੀ ਨੈਕਸਟ ਡੇ ਆਪਾਂ ਚੜ੍ਹਾਈ ਸ਼ੁਰੂ ਕੀਤੀ, ਹੁਣ ਜੇਬ 'ਚ ਪੈਸਾ, ਪਿਓ ਦੀ ਐਸ਼ ਕਰਾਉਣੀ। ਮੈਂ ਕਿਹਾ ਪਾਪਾ ਘੋੜੇ 'ਤੇ ਬੈਠੋਗੇ? ਕਹਿੰਦੇ ਨਹੀਂ, ਇੱਕ ਵਾਰੀ ਬੈਠਾ, ਨਤੀਜਾ ਗੰਦਾ, ਮੇਰੇ ਨਾਲ ਚੱਲ ਰਿਹਾ। ਇਹ ਬੰਦਾ ਘੋੜੇ 'ਤੇ ਬਹਿਣ ਲਈ ਤਿਆਰ ਨਹੀਂ। 10 ਮਿੰਟ ਬਾਅਦ ਯੈਲੋ ਕਲਰ ਦੇ ਗਲਾਸਿਸ ਲਾ ਕੇ ਘੋੜੇ 'ਤੇ ਬਹਿ ਕੇ ਆਪਣੇ ਆਪ ਨੂੰ ਮਹਾਰਾਜਾ ਤੁਗਲਕ ਸਮਝ ਰਿਹਾ। ਮੈਨੂੰ ਕਹਿੰਦੇ ਕੈਸਾ ਲੱਗ ਰਿਹਾ ਹੂੰ ਮੈਂ? ਮੈਂ ਕਿਹਾ ਡੈਡੀ ਘੋੜੇ 'ਤੇ ਬੈਠੇ ਹੋ, ਫੇਸ਼ੀਅਲ ਤਾਂ ਨਹੀਂ ਕਰਾਈ ਤੁਸੀਂ, ਨੋਰਮਲ ਹੀ ਹੋ। ਥੋੜ੍ਹੀ ਜਿਹੀ ਅੱਗੇ ਗਈ, ਰਸ਼ ਆਇਆ, ਘੋੜੇ ਨੇ ਸਡਨਲੀ ਕਰਤਾ। ਡੈਡੀ ਕਹਿੰਦੇ ਵਾਓ, ਇਹਨੂੰ ਕਹਿ ਫਿਰ ਕਰ। ਡੈਡੀ ਘੋੜੇ ਵਾਲੇ ਵੱਲ, ਘੋੜੇ ਵਾਲਾ ਮੇਰੇ ਵੱਲ। ਮੈਂ ਕਿਹਾ ਇਹਨੂੰ ਬੋਤਲ ਲੈ ਦਿੰਦੇ ਬੰਦੇ ਨੂੰ ਯਾਰ।
ਡੈਡੀ ਨੇ ਕੱਢਿਆ 100 ਦਾ ਨੋਟ, ਕਹਿੰਦੇ ਕਰਕੇ ਵਿਖਾ। ਡੈਡੀ ਘੋੜੇ ਵਾਲਾ ਮੇਰੇ ਵੱਲ, ਮੈਂ ਕੀ ਕਰਨ ਡਿਆ ਯਾਰ, ਪੇਟੀ ਲੈ ਆਉਂਦਾ ਬੰਦੇ ਨੇ ਯਾਰ। ਡੈਡੀ ਨੇ 200 ਕਰਤਾ, ਕਹਿੰਦੇ ਕਰਕੇ ਵਿਖਾ ਫਿਰ ਅੱਗੇ ਜਾਣਾ ਹੀ। ਘੋੜੇ ਵਾਲੇ ਨੂੰ ਆਇਆ ਗੁੱਸਾ, ਕਹਿੰਦਾ ਭਾਅ ਜੀ ਇਹ ਪੰਜਾਬੀਆਂ ਦਾ ਬੁਲਟ ਨਹੀਂ ਹੈ ਜਿਹਦੇ ਤੁਸੀਂ ਪਟਾਕੇ ਮਰਵਾ ਲਓਗੇ। ਥੋੜ੍ਹੀ ਅੱਗੇ ਗਏ, ਪਾਪਾ ਕਹਿੰਦੇ ਚਾਹ ਪੀਣੀ, ਮੈਂ ਕੌਫੀ ਪੀਓ। ਕੌਫੀ ਆਪਾਂ CCD ਗਏ, ਉੱਥੇ ਪਾਪਾ ਕਹਿੰਦੇ 2 ਕੌਫੀ ਕਿਉਂ, 3 ਲੈ ਕੇ ਆ। ਮੈਂ ਕਿਹਾ ਤੀਸਰੀ ਕਿਹਦੇ ਲਈ, ਕਹਿੰਦੇ ਘੋੜੇ ਲਈ। ਮੈਂ ਘੋੜਾ ਕਦੋਂ ਕੌਫੀ ਪੀਂਦਾ ਹੈ, ਕਹਿੰਦੇ ਉਹ ਨਹੀਂ ਪੀਏਗਾ ਮੈਂ ਵੀ ਨਹੀਂ ਪੀਊਂਗਾ। ਮੈਂ ਕੌਫੀ ਹੋਰ ਲਈ, ਮੈਂ ਚਲੋ ਕੋਈ ਨਹੀਂ, ਬਾਹਰ ਘੋੜੇ ਵਾਲੇ ਨੂੰ ਦੇ ਦਿੰਦੇ। ਮੈਂ ਲੈ ਕੇ ਬਾਹਰ ਜਾ ਰਿਹਾ, ਪਾਪਾ ਨੇ ਇੱਧਰ ਕਿੱਥੇ ਜਾ ਰਿਹਾ, ਮੈਂ ਘੋੜੇ ਨੂੰ ਕੌਫੀ ਦੇਣ, ਨਹੀਂ ਘੋੜਾ ਅੰਦਰ ਆਏਗਾ। ਉੱਥੇ ਰਸ਼ ਪੈ ਗਿਆ, ਮੈਨੇਜਰ ਆ ਗਿਆ, ਸਾਰੇ ਉੱਥੇ ਕਸਟਮਰ ਇਕੱਠੇ ਹੋ ਗਏ। ਡੈਡੀ ਮੈਨੇਜਰ ਨੂੰ ਕਹਿ ਰਹੇ ਓਏ ਘੋੜਾ ਅੰਦਰ ਲੈ ਗਿਆ, ਮੈਨੇਜਰ ਮੈਨੂੰ ਕਹਿ ਰਿਹਾ ਓਏ ਪਿਓ ਨੂੰ ਬਾਹਰ ਲੈ ਕੇ ਜਾ। ਜਿੱਦਾਂ ਕਿੱਦਾਂ ਮੱਥਾ ਟੇਕ ਕੇ ਆਪਾਂ ਵਾਪਸ ਆਏ, ਥੱਲੇ ਇੱਕ ਕਰੈਕਟਰ ਹੋਰ ਮਿਲਦਾ, ਉਹ ਹੁੰਦੇ ਮਾਲਸ਼ ਵਾਲੇ। ਮਸਾਜ ਕਰਾਉਣੀ, ਮਸਾਜ, ਮੈਂ 2 ਮਾਲਸ਼ੀ ਲਏ। ਮੈਂ ਕਿਹਾ ਡੈਡੀ ਦੀ ਮਸਾਜ ਕਰ ਦਿਉ, ਮੈਂ ਰੀਚਾਰਜ ਕਰਾ ਕੇ ਆਉਂਦਾ। ਮੈਂ ਰੀਚਾਰਜ ਕਰਾ ਕੇ ਵਾਪਸ ਆਇਆ, ਡੈਡੀ ਉਹਨਾਂ ਦੀ ਮਸਾਜ ਕਰਨ ਡਿਆ। ਮੈਂ ਕਿਹਾ ਆਹ ਕਰਨ ਡਿਆ, ਇਹ ਠੀਕ ਨਹੀਂ ਕਰਨ ਡਿਆ, ਕਰਕੇ ਦੱਸਣ ਡਿਆ। ਦੁਨੀਆ ਦਾ ਪਹਿਲਾ ਪੰਜਾਬੀ ਹੈ ਜਿਹਦੇ ਪਿਓ ਨੇ ਕਿਸੇ ਦੀ ਮਸਾਜ ਕੀਤੀ, ਮੈਂ 500 ਹੱਥੋਂ ਦੇ ਕੇ ਆਇਆ। ਇੱਕ ਸੱਚੀ ਗੱਲ ਦੱਸਣ ਲੱਗਾ, ਤੁਹਾਡਾ ਤੁਹਾਡੇ ਡੈਡੀ ਨਾਲ ਜਿੰਨਾ ਮਰਜ਼ੀ ਘੈਂਟ ਰਿਸ਼ਤਾ ਹੋਵੇ, ਯਾਰ ਦੋਸਤ ਵਾਲਾ, ਇਸ ਮੌਕੇ 'ਤੇ ਤੁਸੀਂ ਕਹਿ ਨਹੀਂ ਸਕਦੇ ਡੈਡੀ ਫੁੱਦੂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ ਯਾਰ। Okay, that's it from my side. My name is Manpreet Singh. Google Chrome and Internet Explorer is not the best option. Yes.